ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਸੀ ਨਾ ਤੇ ਤੈਨੂੰ 20,000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20,000 ਉਹ ਕੱਟ ਲਾ 1.5 ਸਾਲ ਬਾਅਦ ਕਰਕੇ ਤੂੰ ਮੇਰੀ ਗੱਲ ਦਾ ਗਲਤ ਮੀਨਿੰਗ ਕੱਢ ਗਿਆ ਤੇ ਬਾਕੀ ਮੈਂ ਨਾ ਕੋਈ ਗੈਂਗਸਟਰ ਆ ਨਾਲੇ ਇਹ ਗੱਲ ਮੇਰੇ ਡੈਡੀ ਦੀ ਹੋਈ 2020 ਚ ਡੈਥ ਠੀਕ ਆ 20 ਚ ਮੇਰੇ ਡੈਡੀ ਦੀ ਡੈਥ ਹੁੰਦੀ ਆ ਭੋਗ ਤੋਂ ਦੋ ਦਿਨਾਂ ਬਾਅਦ ਮੈਨੂੰ ਭਲਵਾਨ ਦਾ ਫੋਨ ਆਉਂਦਾ ਵੀ ਆ ਜਾ ਤੈਨੂੰ ਅੰਮ੍ਰਿਤਸਰ ਆ ਜਾ ਕੋਈ ਸਪਲੀਮੈਂਟ ਲੈਣੇ ਆਪਾਂ ਤੇ ਮੈਂ ਚਲੋ ਚੱਲ ਜਾਂਦਾ ਮੈਂ ਮੇਰਾ ਭਾਈ ਆ ਹੀ ਨਾਲ ਆ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਤੇ ਬਾਪੂ ਦਾ ਕਰਕੇ ਮੈਂ ਇੱਥੋਂ ਤੱਕ ਆਇਆ ਬਾਪੂ ਦੀ ਚਲੋ ਡੈਥ ਹੋ ਗਈ ਦੁੱਖ ਤਾਂ ਮੈਨੂੰ ਹੈਗਾ ਹੀ 1-2 ਮਹੀਨੇ ਮੈਂ ਹਸਪਤਾਲਾਂ 'ਚ ਰੁਲਿਆ ਮੈਨੂੰ ਕਹਿੰਦੇ ਚੱਲ ਆਪਾਂ ਸਪਲੀਮੈਂਟ ਵਗੈਰਾ ਕੋਈ ਲੈਂਦੇ ਹਾਂ ਤੂੰ ਆ ਫਿਰ ਪੈਰਾਂ 'ਤੇ ਖੜਾ ਠੀਕ ਮੈਨੂੰ ਅੰਮ੍ਰਿਤਸਰ ਖੜਿਆ 20,000 ਦਾ ਸਪਲੀਮੈਂਟ ਲੈ ਕੇ ਦਿੱਤਾ 2023 'ਚ ਅਸੀਂ ਕਿਸੇ ਗੱਲ ਨੂੰ ਕੋਈ ਨਿੱਕੀ ਜਿਹੀ ਗੱਲ ਹੀ ਨੋਰਮਲ ਜੀ ਉਹ ਵੀ ਭਗਵਾਨ ਨਹੀਂ ਮੈਨੂੰ ਕਿਹਾ ਮੈਂ ਇੱਥੇ ਇੱਕ ਦਿਨ ਕਹਿੰਦਾ ਵੀ ਨਹੀਂ ਤੈਨੂੰ ਨਹੀਂ ਖੜਾਉਣਾ ਇੱਦਾਂ ਦਾ ਕੋਈ ਨਿੱਕੀ ਮੋਟੀ ਆਪਸੀ ਮਸਲਾ ਸਾਡਾ ਗੱਲ ਹੋਈ ਮੈਨੂੰ ਉਹ ਗੱਲ ਦਾ ਗੁੱਸਾ ਲੱਗਾ ਮੈਂ ਚਲੋ ਠੀਕ ਜੇ ਤੁਸੀਂ ਮੇਰੀ ਬੇਕਦਰੀ ਕਰਦੇ ਆ ਮੈਂ ਖੇਡਣਾ ਨਹੀਂ ਤੇ ਤੁਸੀਂ ਭਗਵਾਨ ਤੋਂ ਨਾ ਕੁਝ ਪੈਸੇ ਲੈਣੇ ਹੀ ਉੱਦਾਂ ਥੋੜੇ ਜਿਹੇ ਕੋਈ 50,000 ਰੁਪਇਆ ਮੇਰਾ ਗੁਰਦਾਸਪੁਰੀਆਂ ਦੇ ਸੀਜ਼ਨ ਵਾਲਾ ਸੀ ਕੋਈ 50 ਮੇਰਾ ਆਪਣਾ ਸੀ ਮੈਂ ਕਿਹਾ ਵੀ ਭਗਵਾਨ ਜੀ ਇੱਦਾਂ ਇੱਦਾਂ ਕਰਕੇ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਚਾਹੀਦੇ ਆ ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਿਹਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਸੀ ਨਾ ਤੇ ਤੈਨੂੰ 20,000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ 20,000 ਉਹ ਕੱਟ ਲਾ 1.5 ਸਾਲ ਬਾਅਦ ਦੋ 2.5 ਸਾਲਾਂ ਬਾਅਦ ਜਾ ਕੇ 20 ਤੋਂ ਲੈ ਕੇ ਤੇ 22 ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮਿਹਣਾ ਵੱਜਦਾ ਵਾ ਤੇ ਜੇ ਮੈਂ ਪੁੱਤ ਹਾਂ ਤੇ ਮੈਨੂੰ 20,000 ਦਾ ਮਿਹਣਾ ਵੱਜਣਾ ਮੈਨੂੰ ਇਹ ਗੱਲ ਦੱਸੋ ਤੁਸੀਂ ਸੋਚੋ ਸਾਰੇ ਜਾਣੇ ਇਹ ਕਹਿੰਦੇ ਵੀ ਤੂੰ ਬੁਲਾਇਆ ਕਰ ਸਪੀਕਰ ਚ ਤੂੰ ਮੇਰਾ ਝੇਲਣਾ ਭਲਵਾਨ ਕਹਿੰਦਾ ਮੈਂ ਭਲਵਾਨ ਜੀ ਕੋਈ ਗੱਲ ਨੀ ਆਪਾਂ ਇੱਦਾਂ ਬੁਲਾ ਦਿਆ ਕਰਦੇ ਮੈਨੂੰ ਚੱਲ ਵਧੀਆ ਚਾਹ ਹੀ ਵੀ ਭਲਵਾਨ ਹੁਣ ਯਾਰ ਏਡੇ ਤਕੜੇ ਬੰਦੇ ਮੈਨੂੰ ਚੇਲਾ ਬਣਾਉਂਦੇ ਹਨਾ ਇਹਦੇ ਉੱਤੇ ਮੇਰੇ ਲਈ ਗੁੱਡ ਆਪਸ਼ਨ ਕੀ ਆ ਮੈਂ ਕਿਹਾ ਕੋਈ ਨੀ ਮੈਨੂੰ ਨਾ ਥੋੜਾ ਜਵਾਬ ਆ ਗਈ ਨਾ ਤੁਹਾਨੂੰ ਪਤਾ ਨਵੇਂ ਪਲੇਅਰ ਦੀ ਕਮੈਂਟਰ ਨਹੀਂ ਮੰਨਦੇ ਨਹੀਂ ਬੋਲਦੇ ਮੈਂ ਕਮੈਂਟਰਾਂ ਨੂੰ ਕਹਿਣਾ ਕਿ ਚੱਲ ਇੱਦਾਂ ਬੋਲ ਦੋ ਕਹਿੰਦੇ ਆ ਕਮੈਂਟਰਾਂ ਨਾ ਬੋਲਣਾ ਭਲਵਾਨ ਨੇ ਕਮੈਂਟਰਾਂ ਨਾਲ ਲੜਨਾ ਮੇਰੇ ਨਾਲ ਵੀ ਲੜਨਾ ਵੀ ਤੂੰ ਬੁਲਾਉਂਦਾ ਨੀ ਤੂੰ ਜਾਣ ਕੇ ਨੀ ਬੁਲਾਉਂਦਾ ਬਾਏ ਦਾ ਵੇ ਜੇ ਕਿਸੇ ਕਮੈਂਟਰ ਨੇ ਇਹ ਬੋਲ ਦੇਣਾ ਨਾ ਵੀ ਇਹਨੇ ਮਹਾਂਪੁਰਸ਼ਾਂ ਦੀ ਅਕੈਡਮੀ ਚੋਂ ਕਬੱਡੀ ਦਾ ਉਡਾੜਾ ਸਿੱਖਿਆ ਵਾ ਭਲਵਾਨ ਉਹ ਕਮੈਂਟਰ ਨਾਲ ਲੜਦਾ ਹੁੰਦਾ ਵੀ ਤੂੰ ਮਹਾਂਪੁਰਸ਼ਾਂ ਦਾ ਨਾਮ ਲੈਂਦਾ ਹਾਲਾਂਕਿ ਮੈਂ ਸਾਰੀ ਕਬੱਡੀ ਮੈਨੂੰ ਉੱਥੋਂ ਮਿਲੀ ਮੈਨੂੰ ਉੱਥੋਂ ਬੋਲਦੇ ਹੋਏ ਮਹਾਂਪੁਰਸ਼ਾਂ ਦੇ ਚਲੋ ਗੱਲਾਂ ਆਪਾਂ ਛੱਡਦੀਆਂ ਤੁਹਾਨੂੰ ਮੈਂ ਕਮੈਂਟਰ ਦਾ ਨਾਮ ਵੀ ਦੱਸ ਦੂੰਗਾ ਜੇ ਕਿਸੇ ਨੂੰ ਡਾਊਟ ਹੋਊਗਾ ਕੋਈ ਮੁੱਕਰ ਨਹੀਂ ਸਕਦਾ ਠੀਕ ਹੈ ਮੇਰੇ ਕੋਲ ਸਾਰੇ ਸਬੂਤ ਆ ਫਿਰ ਮੈਂ ਸਰਾਲਾ ਰਣੂਆ ਜੀ ਖੇਡਿਆ ਮੈਂ ਸਾਰਿਆਂ ਨੂੰ ਨਾਲ ਲੈ ਕੇ ਖੇਡਿਆ ਠੀਕ ਆ ਸਾਰੇ ਬੰਦਿਆਂ ਨੂੰ ਭਲਵਾਨ ਨੇ ਜੇ ਕਹਿਣਾ ਅੱਜ ਸ਼ੋਅ ਮੈਰੀ ਖੜਨਾ ਮੈਚ ਤੇ ਨਹੀਂ ਜਾਣਾ ਮੇਰੇ ਨਾਲ ਸਰਾਲਾ ਰਣ ਵਾਲੇ ਬੰਦੇ ਗੁੱਸੇ ਹੋ ਜਾਂਦੇ ਹਾਲਾਂਕਿ ਮੇਰੇ ਸੀਜ਼ਨ ਦੀ ਗੱਲ ਹੀ ਮੈਂ ਛੱਡ ਕੇ ਸ਼ੋਅ ਮੈਚ ਖੇਡਦਾ ਰਿਹਾ ਜਿੰਨੇ ਮੋਟਰਸਾਈਕਲ ਵਾਲੇ ਮਾਲਵੇ ਦੇ ਮੇਲੇ ਐਡਵਾਂਸ ਬੰਦੇ ਪੈਸੇ ਦਿੰਦੇ 20,000 25,000 ਮੈਂ ਖਾਤੇ ਚ ਆਇਆ ਮੋੜ ਕੇ ਟਾਈਮ ਦੇ ਟਾਈਮ ਇਹਨਾਂ ਨਾਲ ਸ਼ੋਅ ਮੈਚ ਖੇਡਦਾ ਰਿਹਾ ਹਾਲਾਂਕਿ ਅਸੀਂ ਮਾਲਵੇ ਚ ਉਦੋਂ ਮੈਚ ਫੜਦੇ ਹੁੰਦੇ ਜਦੋਂ ਫਰੰਦੀਪੁਰ ਕੋਲ ਸਾਈ ਨਹੀਂ ਹੁੰਦੀ ਅਸੀਂ ਕਹਿਣਾ ਵੀ ਵਿਹਲੇ ਆ ਖੇਡ ਲਈਏ ਇਹਨਾਂ ਕਹਿਣਾ ਖੇਡੋ ਇਹਨਾਂ 2 ਦਿਨ ਪਹਿਲਾਂ ਸ਼ੋਅ ਮੈਚ ਫੜ ਕੇ ਕਹਿਣਾ ਪੈਸੇ ਮੋੜੋ ਜਿਹਦੇ ਆਏ ਆ ਅਸੀਂ ਆਪਦੀ ਜਵਾਨ ਉੱਥੇ ਫਿੱਕੀ ਪਾਈ ਇਹਨਾਂ ਨਾਲ ਤੁਰੇ ਤੁਰੇ ਤਾਂ ਵੀ ਸਾਨੂੰ ਉਠਾਇਆ ਵਾ ਸਾਨੂੰ ਮੌਕਾ ਦਿੱਤਾ ਟੀਮ ਠੀਕ ਆ ਤੇ ਚਲੋ ਆਪਾਂ ਉਹ ਸਾਰੇ ਘਾਟੇ ਖਾਧੇ ਬਹੁਤ ਕੁਛ ਖਾਧਾ ਮੈਂ ਗੋਪੀ ਭਵਾਨ ਨਾਲ ਖੇਡਣ ਲੱਗਾ ਕੈਨੇਡਾ ਤੋਂ ਆ ਕੇ 2022 ਤੋਂ ਬਾਅਦ ਜਿੰਨੇ ਮੈਂ ਜੋ ਵੀ ਮੋਟਰਸਾਈਕਲ ਜਿੱਤਿਆ ਜੇ ਕੋਈ ਮੁੰਦਰੀ ਜਿੱਤੀ ਜੇ ਕੋਈ ਕੈਸ਼ ਜਿੱਤਿਆ ਨਗਦ ਬੈਸਟ ਨਿਕਲ ਕੇ ਸਾਰੇ ਮੈਚਾਂ 'ਚ ਭਲਵਾਨ ਇੱਕ ਵੀ ਬਾਂਹ ਖੜੀ ਕਰਕੇ ਕਹਿ ਦੇ ਕਿ ਮੈਂ ਗੋਪੀ ਭਵਾਨ ਨੂੰ ਅੱਧ ਨਹੀਂ ਦੇ ਗਿਆ ਇਕੱਲੇ ਨੂੰ ਜੇ ਮੈਨੂੰ ਪੈਸੇ ਨਾਲ ਲਾਲਚ ਹੁੰਦਾ ਮੈਨੂੰ ਪੈਸੇ ਨਾਲ ਪਿਆਰ ਹੁੰਦਾ ਮੈਂ ਰੁਪਈਆ ਨਾ ਦਿੰਦਾ ਮੈਂ ਉਦੋਂ ਪਿੱਛੇ ਹੋ ਜਾਂਦਾ 2022 'ਚ ਕਿ ਅਜੇ ਤਾਂ ਮੇਰਾ ਅੱਧ ਲੈਂਦੇ ਆ ਮੈਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਠੀਕ ਹੈ ਨਾ ਮੈਂ ਸਾਰਾ ਕੁਝ ਇਹਨਾਂ ਬੰਦਿਆਂ ਨੂੰ ਸਮਰਪਿਤ ਕੀਤਾ ਸੀ ਵੀ ਕੋਈ ਗੱਲ ਨਹੀਂ ਯਾਰ ਅਸੀਂ ਵੱਡੇ ਵੱਡੇ ਕੱਪ ਛੱਡੇ ਵੱਡੀਆਂ ਵੱਡੀਆਂ ਟੀਮਾਂ ਛੱਡ ਕੇ ਇਹਨਾਂ ਨਾਲ ਖੇਡੇ ਇਹਨਾਂ ਸਾਡਾ ਐਂਡ ਦੇ ਡੇ ਜਦੋਂ ਸਾਨੂੰ ਲੋੜ ਸੀ ਸਾਡੇ ਸਨਮਾਨਾਂ 'ਚ ਕੋਈ ਮੁੱਲ ਨਹੀਂ ਪਾਇਆ ਉਲਟਾ ਮੇਰੇ ਸਨਮਾਨ ਦੇ ਪੈਸਿਆਂ ਦਾ ਮੈਨੂੰ ਹੀ ਨਹੀਂ ਪਤਾ ਲੱਗਾ ਉਹ ਆਏ ਬੰਦਿਆਂ ਤੋਂ ਲੈ ਮੈਨੂੰ ਦੱਸਿਆ ਨਹੀਂ ਗਿਆ ਜਿਹੜੀ ਚੀਜ਼ ਤੋਂ ਮੈਂ ਅੱਡ ਹੋਇਆ ਇੰਨਾ ਕਰਕੇ ਬੰਦੇ ਨੂੰ ਸਾਰਾ ਕੁਝ ਸਮਰਪਿਤ ਕਰਕੇ ਵੀ ਜੇ ਆਪਾਂ ਨੂੰ ਬੰਦੇ ਨੇ ਆਪਣੇ ਨਾਲ ਸੱਚ ਨਹੀਂ ਦੱਸਣਾ ਫਿਰ ਨਾਲ ਰਹਿ ਕੇ ਭਰਾ ਕਮਾਉਣ ਦਾ ਕੀ ਫਾਇਦਾ ਵਾ ਜੇ ਆਪਾਂ ਇੱਕ ਆਪਦੇ ਪਲੇਅਰ ਤੋਂ ਓਹਲੇ ਰੱਖਾਂਗੇ ਉਹ ਵੀ ਖਾਸ ਬੰਦਾ
ਮੂੰਹ ਤੇ ਗਾਣਾ ਪੋਤਿਆ ਪੋਤਿਆ ਤੇ ਬੰਦੇ ਨੂੰ ਦੱਸਣਾ ਨਾ ਵੀ ਤੇਰਾ ਹੱਥ ਆਇਆ ਵਾ ਤੇ ਉਹ ਰੱਖ ਲੈਣਾ ਆਪਣੇ ਕੋਲ ਹੀ, ਸਾਲ ਬਾਅਦ ਬੰਦੇ ਨੂੰ ਆਪ ਪਤਾ ਲੱਗਣਾ। ਦੱਸੋ ਇਹ ਕਿੱਡੀ ਕੁ ਵਡਿਆਈ ਵਾਲੀ ਗੱਲ ਆ, ਠੀਕ ਆ। ਬਾਕੀ ਜਿੱਥੋਂ ਤੱਕ ਵੀ ਮੇਰਾ ਸਵਾਲ ਆ, ਮੈਂ ਕਿਸੇ ਦੀ ਚੁੱਕਣਾ ਜਾ ਕੇ, ਇਹ ਮੇਲਿਆਂ ਤੇ ਜਾ ਕੇ ਬੋਲਦੇ ਆ ਵੀ ਪ੍ਰੀਤ ਨੂੰ ਪੈਸੇ ਮਿਲ ਗਏ, ਪ੍ਰੀਤ ਨਾਲ ਪੈਸੇ ਲੈ ਲੈ ਗਦਾਰੀ ਕਰ ਗਏ ਆ, ਇਹ ਮੈਚ ਨੀ ਖੇਡਦੇ। ਦੱਸੋ ਫਰੰਦੀਪੁਰ ਦਾ ਮੈਚ ਤੁਸੀਂ ਸਾਰੇ ਦਰਸ਼ਕ ਗਵਾਹ, ਮੈਂ ਕਿੱਦਣ ਛੱਡਿਆ ਵਾ। ਗੱਲ ਵੀ ਜਦੋਂ ਅਸੀਂ ਟੀਮ ਛੱਡਦੇ ਆ ਨਾ, ਅੱਠਾਂ ਦਸ ਦਿਨਾਂ ਬਾਅਦ ਫੋਨ ਆਉਂਦਾ ਭਲਵਾਨ ਦਾ ਵੀ ਤੇਰਾ ਕਿਸੇ ਨੇ ਕੰਮ ਕਰ ਦੇਣਾ ਤੇ ਆਪਣਾ ਚਕੰਨਾ ਰਹੀ ਮੇਰਾ ਭਰਾ। ਮੈਂ ਠੀਕ ਭਾਜੀ ਕਿਉਂ? ਕਹਿੰਦਾ ਮੈਨੂੰ ਪਤਾ ਕੰਮ ਤੇਰਾ ਕਿਸੇ ਨੇ ਕਰ ਦੇਣਾ ਵਾ ਤੇ ਤੂੰ ਆਪਣਾ ਮੇਰਾ ਭਰਾ ਚਕੰਨਾ ਰਹੀ ਤੇ ਮੈਨੂੰ ਪਤਾ ਨਾ ਤੇਰਾ ਲੱਗਣਾ। ਦੱਸੋ ਵੀ ਜਦੋਂ ਭਲਵਾਨ ਨਾਲ ਖੇਡਦੇ ਆ ਉਦੋਂ ਨੀ ਤੁਹਾਡਾ ਕਿਸੇ ਨੇ ਕੰਮ ਕਰਨਾ? ਉਸ ਤੋਂ ਪੰਜਾਂ ਸੱਤਾਂ ਦਿਨਾਂ ਬਾਅਦ ਸਾਨੂੰ ਧਮਕੀਆਂ ਦਵਾਈਆਂ ਜਾਂਦੀਆਂ ਗੈਂਗਸਟਰਾਂ ਤੋਂ, ਕਾਹਤੋਂ ਦਵਾਈਆਂ ਜਾਂਦੀਆਂ? ਦੱਸੋ ਅਸੀਂ ਕਿਹਦਾ ਕੀ ਮਾੜਾ ਕੀਤਾ? ਅਸੀਂ ਨੀ ਕਿਸੇ ਮਾਂ ਦੇ ਪੁੱਤ, ਕਿਉਂ ਸਾਨੂੰ ਨਜਾਇਜ਼ ਕੋਈ ਗੋਲੀ ਮਾਰੂਗਾ? ਤੇ ਕਿਹਦਾ ਡੈਡੀ ਗਿਆ ਹੋਵੇ ਗਿਆ, ਉਹਨੂੰ ਕਿਹਾ ਜਾਵੇ ਵੀ ਜਿੱਦਣ ਤੇਰਾ ਬੁੱਢਾ ਪੂਰਾ ਆਇਆ ਤੈਨੂੰ 20,000 ਦਾ ਸਪਲੀਮੈਂਟ ਲੈ ਕੇ ਦਿੱਤਾ। ਇਹ ਕਹਿੰਦੇ ਵੀ ਤੂੰ ਬੁਲਾਇਆ ਕਰ ਸਪੀਕਰ ਚ, ਤੂੰ ਮੇਰਾ ਝੇਲਾ ਭਲਵਾਨ ਕਹਿੰਦਾ। ਜੇ ਕਿਸੇ ਕਮੈਂਟਰ ਨੇ ਇਹ ਬੋਲ ਦੇਣਾ ਨਾ, ਇਹਨੇ ਮਹਾਂਪੁਰਸ਼ਾਂ ਦੀ ਅਕੈਡਮੀ ਚੋਂ ਕਬੱਡੀ ਦਾ ਉਡਾੜਾ ਸਿੱਖਿਆ ਵਾ ਭਲਵਾਨ, ਉਹ ਕਮੈਂਟਰ ਨਾਲ ਲੜਨਾ ਹੁੰਦਾ ਵੀ ਤੂੰ ਮਹਾਂਪੁਰਸ਼ਾਂ ਦਾ ਨਾਮ ਲੈਣਾ। ਹਾਲਾਂਕਿ ਇਹ ਪਲੇਅਰ ਨੂੰ ਕਮਾਉਣ ਨਾ ਦੇਣਾ ਸੀਨੀਅਰ ਨੂੰ, ਮੇਰੀ ਆਦਤ ਹੀ ਹਰ ਇੱਕ ਸੀਨੀਅਰ ਦੇ ਗੋਡੀਆਂ ਹੱਥ ਲਾਉਣੀ। ਮੈਂ ਬੁਲਾਉਣਾ ਇਹਨਾਂ ਇੰਨੀ ਗੰਦੀ ਸ਼ਬਦਾਵਲੀ ਨਾਲ ਬੋਲ ਕੇ ਕਹਿਣਾ ਵੀ ਕੀ ਫੜਨ ਗਿਆ, ਮੈਨੂੰ ਨੀ ਤੂੰ ਕਮਾਉਂਦਾ ਤੂੰ ਕਿਉਂ ਕਮਾਉਣਾ ਵਾ? ਕੱਲਾ ਸਿਰਫ ਬੋਲ ਬਾਣੀ ਤੇ ਨਾ ਜਾਓ, ਉਤੋਂ ਉਤੋਂ ਵੇਖਣ ਨੂੰ ਸਾਰੇ ਬੜੇ ਵਿਦਵਾਨ ਲੱਗਦੇ ਆ। ਭਲਵਾਨ ਤੋਂ ਨਾ ਕੁਝ ਪੈਸੇ ਲੈਣੇ ਸੀ, ਉਦਾਂ ਥੋੜੇ ਜਿਹੇ, ਕੋਈ 50,000 ਰੁਪਇਆ ਮੇਰਾ ਗੁਰਦਾਸਪੁਰੀਆਂ ਦੇ ਸੀਜ਼ਨ ਵਾਲਾ ਸੀ, ਕੋਈ 50,000 ਮੇਰਾ ਆਪਣਾ ਸੀ। ਮੈਂ ਕਿਹਾ ਵੀ ਭਲਵਾਨ ਜੀ ਇੱਦਾਂ ਇੱਦਾਂ ਕਰਕੇ ਮੈਨੂੰ ਪੈਸਿਆਂ ਦੀ ਲੋੜ ਆ, ਮੈਨੂੰ ਚਾਹੀਦੇ ਆ। ਤੁਸੀਂ ਇਹ ਵੇਖ ਲਓ ਵੀ ਇੱਕ ਪਾਸੇ ਕਹਿਣਾ ਪੁੱਤ ਤੇ ਬੰਦੇ ਨੂੰ ਮਿਹਣਾ ਕੀ ਮਾਰਿਆ ਜਾਂਦਾ ਵਾ ਵੀ ਜਿੱਦਣ ਤੇਰੇ ਬੁੜੇ ਦੀ ਡੈਥ ਹੁੰਦੀ ਸੀ ਨਾ ਤੇ ਤੈਨੂੰ 20,000 ਦਾ ਸਪਲੀਮੈਂਟ ਲੈ ਕੇ ਦਿੱਤਾ ਸੀ। 20,000 ਉਹ ਕੱਟ ਲਾ, 1.5 ਸਾਲ ਬਾਅਦ, ਦੋ ਢਾਈਆਂ ਸਾਲਾਂ ਬਾਅਦ ਜਾ ਕੇ, 20 ਤੋਂ ਲੈ ਕੇ ਤੇ 22 ਦੇ ਲਾਸਟ ਤੇ ਜਾ ਕੇ ਮੈਨੂੰ ਇਹ ਮਿਹਣਾ ਵੱਜਦਾ ਵਾ, ਤੇ ਜੇ ਮੈਂ ਪੁੱਤ ਹਾਂ ਤੇ ਮੈਨੂੰ 20,000 ਦਾ ਮਿਹਣਾ ਵੱਜਣਾ? ਮੈਨੂੰ ਇਹ ਗੱਲ ਦੱਸੋ, ਤੁਸੀਂ ਸੋਚੋ ਸਾਰੇ ਜਾਣੇ, ਠੀਕ ਹੈ ਨਾ? ਮੈਨੂੰ ਕਹਿੰਦੇ ਤੂੰ ਸਾਨੂੰ ਉਸਤਾਦੀ ਦੀ ਛਾਪ ਨੀ ਪਾਈ, ਕੁਝ ਪਾਇਆ ਨੀ ਸੱਚ ਵੀ ਤੂੰ ਕੁਝ ਦਿੱਤਾ ਨੀ। ਮੈਂ ਇਹਨਾਂ ਨੂੰ ਪਿੰਡ ਸੱਦਿਆ, ਚਲੋ 2021 ਚ ਉਸਤਾਦੀ ਦੀ ਛਾਪ ਪਾ ਕੇ ਦਿੱਤੀ, ਬੜਾ ਵਧੀਆ। ਪਰ ਮੈਂ ਇੱਕੋ ਗੱਲ ਪ੍ਰੀਤ ਨੂੰ ਕਹਿਣਾ ਚਾਹੁੰਦਾ ਕਿ ਮੈਂ ਤੇਰੀ ਕਦੀ ਵੀ ਜ਼ਿੰਦਗੀ ਚ ਮਾੜਾ ਨਹੀਂ ਸੋਚ ਸਕਦਾ ਤੇਰਾ, ਵੀ ਇੱਥੋਂ ਤੱਕ ਕਿ ਕਿਸੇ ਵੀ ਇੱਥੋਂ ਤੱਕ ਕਿ ਤੇਰੇ ਸਰੀਰ ਨੂੰ ਲੈ ਕੇ ਕਿ ਤੇਰੇ ਮੈਂ ਸੱਟ ਲਾਊਂਗਾ ਜਾਂ ਇੱਦਾਂ ਕਿਸੇ ਵੀ ਗੈਂਗਸਟਰ ਨੂੰ ਇਹੋ ਜਿਹੀ ਗੱਲ ਕਰੂੰਗਾ, ਇਹ ਮਾਣਾ ਉਹਦੇ ਚੋਂ ਚੀਜ਼ ਕੱਢ ਦੇ ਵੀ ਆਪਾਂ ਚਲੋ ਲੱਖ ਵੱਖ ਹੋ ਗਏ ਹਾਂ, ਉਹ ਕੋਈ ਮੈਟਰ ਨਹੀਂ ਕਰਦੀ ਹੈ ਨਾ ਚੀਜ਼, ਤੂੰ ਆਪਣਾ ਖੇਡਣਾ ਮੈਂ ਆਪਣਾ ਖੇਡਣਾ ਹੈ ਨਾ, ਪਰ ਕਿਸੇ ਨੂੰ ਆਪਾਂ ਸੱਟ ਲਾਉਣੀ ਜਾਂ ਉਹਦਾ ਮਾੜਾ ਸੋਚਣਾ ਇਹ ਮੇਰੇ ਖੂਨ ਦੇ ਵਿੱਚ ਨਹੀਂ ਹੈਗਾ। ਬਾਕੀ ਰਹੀ ਗੱਲ ਇਹ, ਮੈਂ ਤੈਨੂੰ ਸਮਝਾਉਣਾ ਇਹ ਚਾਹੁੰਦਾ ਕਿ ਗੱਲਬਾਤ ਆਪਣੀ ਦੋਵਾਂ ਦੀ ਹੋਈ ਆ ਤੇ ਭਰਾ ਮੇਰਿਆ, ਮੈਂ ਕਹਿੰਦਾ ਵੀ ਜਿਸ ਤਰ੍ਹਾਂ ਆਪਾਂ ਲੜੇ ਆ ਦੋਵੇਂ ਤੇ ਫਾਇਦਾ ਕੋਈ ਤੀਜਾ ਬੰਦਾ ਨਾ ਆਪਣਾ ਚੁੱਕ ਜੇ, ਮੈਂ ਤੈਨੂੰ ਇਸ ਤਰੀਕੇ ਨਾਲ ਕਿਹਾ ਸੀ ਕਿ ਆਪਣਾ ਥੋੜਾ ਜਿਹਾ ਵੇਰ ਚਾਕ ਕੇ ਰਹੀ ਏਦਾਂ ਕਰਕੇ, ਤੂੰ ਮੇਰੀ ਗੱਲ ਦਾ ਗਲਤ ਮੀਨਿੰਗ ਕੱਢ ਗਿਆ ਤੇ ਬਾਕੀ ਮੈਂ ਨਾ ਕੋਈ ਗੈਂਗਸਟਰ ਆ, ਮੈਂ ਇੱਕ ਕਬੱਡੀ ਪਲੇਅਰ ਆ ਤੇ ਮੈਨੂੰ ਇੰਨਾ ਚਿਰ ਹੋ ਗਿਆ ਕਬੱਡੀ ਖੇਡਦੇ ਨੂੰ, ਬਾਕੀ ਲੋਕੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੀ ਆ ਮੈਂ ਕਿੱਦਾਂ ਦਾ ਇਨਸਾਨ ਆ ਤੇ ਕਿੱਦਾਂ ਦਾ ਪਲੇਅਰ ਆ। ਬਾਕੀ ਮੈਂ ਸਾਰੀਆਂ ਗੱਲਾਂ ਆਪਦੀਆਂ ਸਪਸ਼ਟੀਕਰਨ, ਸਾਰਾ ਕੱਲਾ ਕੱਲਾ ਸਪਸ਼ਟੀਕਰਨ ਤੂੰ ਦਿੱਤਾ, ਬਾਕੀ ਮੈਂ ਆਪਦਾ ਤੱਥਾਂ ਦੇ ਆਧਾਰ ਤੇ ਜਿਹੜੀ ਸੰਗਤ ਆ ਸਾਰਿਆਂ ਦੇ ਗਾੜੀ ਰੱਖੂੰਗਾ।